ਅਸਲਾਮ ਅਲੈਕਮ ਸਾਰੇ ਦੋਸਤਾਂ ਨੂੰ ਜਿੰਨੇ ਜੁੜੇ ਸਾਡੇ ਚੈਨਲ ਨਾਲ ਅੱਜ ਅਸੀਂ ਆ ਇਸ ਵੇਲੇ ਹੁਣ ਮੱਕਾ ਸ਼ਰੀਫ ਤੇ ਸਾਡੇ ਦੋਸਤ ਅਬੈਦੁੱਲਾ ਭਾਈ ਵੈਸੇ ਤਾਂ ਕਤਰ ਨੂੰ ਇੱਥੇ ਆਏ ਨੇ ਵੀ ਉਮਰੇ ਦੀ ਅਦਾਇਗੀ ਵਾਸਤੇ ਤੇ ਇਹ ਸਾਨੂੰ ਲੈ ਕੇ ਜਾ ਰਹੇ ਨੇ ਜੀ ਤਾਇਫ ਤਾਇਫ ਤੋਂ ਅੱਗੇ ਆ 70 ਕਿਲੋਮੀਟਰ ਤੇ ਥੋੜ੍ਹੀ ਜਿਹੀ ਹਿਸਟਰੀ ਵੀ ਇਹਨਾਂ ਕੋਲ ਪੁੱਛਾਂਗੇ ਆਪਾਂ ਜਿੱਥੇ ਜਾ ਰਹੇ ਜਿਹੜੀ ਜਗ੍ਹਾ ਦੇ ਨਾਂ ਅਬੈਦ ਭਾਈ ਨੂੰ ਥੋੜ੍ਹਾ ਜਿਹਾ ਦੱਸ ਦਿਓ بسم الله الرحمن الرحيم والصلاة والسلام على رسوله الكريم وبعد نبی اکرم صلی اللہ علیہ وسلم دے جڑے بچپن دے 5 سال گزرے نے او قبیلہ بنو سعد دے اندر گزرے نے ایدی جڑی بیک گراؤنڈ ہے وہ یہ ہے کہ عرب دے اندر یہ عادت سی کہ جدوں بچہ پیدا ہوندا سی اونوں شہر تو دور پنڈاں دے وچ اونوں بھیج دیندے سی ਤਾਂ ਕਿ ਉੱਥੇ ਪਿੰਡ ਦੇ ਵਿੱਚ ਜਾ ਕੇ ਪਿੰਡ ਦੀ ਆਬੋ ਹਵਾ ਉੱਥੋਂ ਦੀ ਖੁਰਾਕ ਔਰ ਖਾਸ ਤੌਰ 'ਤੇ ਮਾਂ ਬੋਲੀ ਜਿਹੜੀ ਜ਼ਬਾਨ ਹੈ ਉਹਦੇ 'ਤੇ ਉਹਨੂੰ ਉਬੂਰ ਹਾਸਲ ਹੋ ਜਾਏ ਔਰ ਇਸੇ ਤਰ੍ਹਾਂ ਇਮਾਮ ਸ਼ਾਫੀ ਰਹਿਮਤੁੱਲਾਹ ਅਲੈਹ ਜਿਹੜੇ ਬਹੁਤ ਬੜੇ ਫਕੀਰ ਗੁਜ਼ਰੇ ਨੇ ਅਇਮਾ ਅਰਬਾ ਵਿੱਚੋਂ ਉਹਨਾਂ ਦਾ ਬਹੁਤ ਬੜਾ ਮੁਕਾਮ ਹੈ ਜਦੋਂ ਉਹਨਾਂ ਨੂੰ ਕੁਰਾਨ ਹੁੰਦੀ ਸੀ ਜੋ ਕੋਈ ਲਫ਼ਜ਼ ਦੀ ਸਮਝ ਨਹੀਂ ਸੀ ਨਾ ਲੱਗਦੀ ਉਹ ਫਿਰ ਜਾ ਕੇ ਨਾ ਪਿੰਡਾਂ ਦੇ ਵਿੱਚ ਬਾਧੂ ਜਿਹੜੇ ਬਾਧੂ ਟਾਈਪ ਹੁੰਦੇ ਸਨ ਨਾ ਸਹੀ ਦੇਸੀ ਲੋਕ ਉਹਨਾਂ ਦੀਆਂ ਬੈਠਕਾਂ ਦੇ ਵਿੱਚ ਉਹਨਾਂ ਦੇ ਡੇਰਿਆਂ 'ਤੇ ਜਾ ਕੇ ਬਹਿੰਦੇ ਸੀ ਉਹ ਫਿਰ ਉਹਨਾਂ ਕੋਲ ਲਫ਼ਜ਼ ਬੋਲਣਾ ਉਹਨਾਂ ਨੂੰ ਫਿਰ ਉਹ ਕੁਰਾਨ ਹਦੀਸ ਦੇ ਜਿਹੜੇ ਅਲਫਾਜ਼ ਹਨ ਕਿਉਂਕਿ ਕੁਰਾਨ ਹਦੀਸ ਦੀ ਜਿਹੜੀ ਅਰਬੀ ਹੈ ਔਰ ਬੜੀ ਗਹਿਰੀ ਅਰਬੀ ਹੈ ਉਹ ਫਿਰ ਉਹਨਾਂ ਨੂੰ ਉੱਥੇ ਸਮਝ ਲੱਗਦੀ ਸੀ ਅਤੇ ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਦੇ ਜਿਹੜੇ ਦਾਦਾ ਜੀ ਸਨ ਸੈਯਦਨਾ ਅਬਦੁਲ ਮੁਤਲਿਬ ਔਰ ਸੈਯਦਨਾ ਆਮਿਨਾ ਉਹਨਾਂ ਦੀ ਵਾਲਦਾ ਉਹਨਾਂ ਨੇ ਵੀ ਇਹੀ ਫੈਸਲਾ ਕੀਤਾ ਵੀ ਅਸੀਂ ਵੀ ਇਸ ਬੱਚੇ ਨੂੰ ਅਰਬ ਆਦਾਤ ਦੇ ਮੁਤਾਬਕ ਇਹਨੂੰ ਕਿਸੇ ਪਿੰਡ 'ਚ ਕਰੀਏ ਔਰ ਫਿਰ ਮਸ਼ਹੂਰ ਵਾਕਿਆ ਕਿ ਦਾਈਆਂ ਜਿਹੜੀਆਂ ਜਿਹਨੂੰ ਅਰਬੀ 'ਚ ਮੁਰਦਿਆ ਬੋਲਦੇ ਨੇ ਦੁੱਧ ਪਿਲਾਉਣ ਵਾਲੀ ਅਸੀਂ ਪੰਜਾਬੀ 'ਚ ਉਹਨੂੰ ਦਾਈ ਬੋਲ ਦਿੰਦੇ ਹਾਂ ਮੱਕੇ ਆਈਆਂ ਮੱਕੇ ਦੇ ਵਿੱਚੋਂ ਫਿਰ ਉਹਨਾਂ ਬੱਚੇ ਇਕੱਠੇ ਕੀਤੇ ਆਖਰ ਦੇ ਵਿੱਚ ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਬਚੇ ਕਿਉਂਕਿ ਬਾਕੀਆਂ ਨੇ ਤਾਂ ਯਤੀਮ ਛੱਡ ਕੇ ਯਤੀਮ ਸਮਝ ਕੇ ਉਹਨਾਂ ਨੂੰ ਛੱਡ ਦਿੱਤਾ ਅਤੇ ਸੈਯਦਾ ਹਲੀਮਾ ਦੇ ਜਿਹੜੇ ਭਾਗ ਸਨ ਉਹ ਜਾਗ ਗਏ ਉਹਨਾਂ ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਨੂੰ ਲਿਆ ਅਤੇ ਆਪਣੇ ਖਾਵਨ ਦਾ ਮਸ਼ਵਰਾ ਕੀਤਾ ਕਿ ਬਈ ਇਹ ਬੱਚਾ ਯਤੀਮ ਹੈ ਅਤੇ ਹਾਰਿਸ ਉਹਨਾਂ ਦੇ ਜਿਹੜੇ ਖਾਵਨ ਸੀ ਉਹਨਾਂ ਕਿਹਾ ਕੋਈ ਗੱਲ ਨਹੀਂ ਅੱਲਾਹ ਤਾਲਾ ਸਾਨੂੰ ਇਹਦੇ ਜ਼ਰੀਏ ਖਰੇ ਕਿੰਨੇ ਭਾਗ ਲਾ ਦੇਗਾ ਅਤੇ ਆਪਣਾ ਸੈਯਦਾ ਹਲੀਮਾ ਔਰ ਹਾਰਿਸ ਜਿਹੜੇ ਸਨ ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਨੂੰ ਲੈ ਕੇ ਅਤੇ ਆਪਣੇ ਕਬੀਲਾ ਬਨੂ ਸਾਦ ਜਿਹੜਾ ਤਾਇਫ ਤੋਂ ਤਕਰੀਬਨ ਕੋਈ 60-70 ਕਿਲੋਮੀਟਰ ਦੇ ਫਾਸਲੇ 'ਤੇ ਹੈ ਅਸੀਂ ਹੁਣ ਉੱਧਰ ਜਾ ਰਹੇ ਹਾਂ ਅਤੇ ਉਹ ਜਗ੍ਹਾ ਜਿਹੜੀ ਹੈ ਨਾ ਉਹ ਆਪਣੇ ਅਸੀਂ ਦੋਸਤਾਂ ਬਾਬ ਨੂੰ ਦਿਖਾਵਾਂਗੇ ਔਰ ਅਸੀਂ ਇਸ ਵਕਤ ਅਰਾਫਾਤ ਤੋਂ ਗੁਜ਼ਰ ਰਹੇ ਹਾਂ ਜਿੱਥੇ ਹੱਜ ਹੁੰਦਾ ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਨੇ 5 ਸਾਲ ਗੁਜ਼ਾਰੇ ਔਰ ਇਹਨਾਂ 5 ਸਾਲਾਂ ਦੇ ਅੰਦਰ ਇੱਕ ਜਿਹੜਾ ਵਾਕਿਆ ਮਸ਼ਹੂਰ ਹੋਇਆ ਜਿਹਦੇ ਵਿੱਚ ਜਬਰੀਲ ਅਲੈਹਿ ਸਲਾਤੁ ਵਸਲਾਮ ਤਸ਼ਰੀਫ ਲਿਆਏ ਔਰ ਉਹਨਾਂ ਦੇ ਹੱਥ 'ਚ ਇੱਕ ਸੋਨੇ ਦਾ ਥਾਲ ਸੀ ਔਰ ਉਹਦੇ ਵਿੱਚ ਜ਼ਮਜ਼ਮ ਸੀ ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਬੱਚਿਆਂ ਦੇ ਨਾਲ ਆਮ ਬੱਚਿਆਂ ਦੇ ਨਾਲ ਖੇਡਦੇ ਪਏ ਸੀ ਉਹਨਾਂ ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਨੂੰ ਪਕੜਿਆ ਔਰ ਉਹਨਾਂ ਦਾ ਜਿਹੜਾ ਸੀਨਾ ਉਹਨੂੰ ਸੀਨਾ ਮੁਬਾਰਕ ਨੂੰ ਖੋਲ੍ਹਿਆ ਔਰ ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਦਾ ਜਿਹੜਾ ਦਿਲ ਮੁਬਾਰਕ ਸੀ ਉਹਨੂੰ ਕੱਢ ਕੇ ਅਤੇ ਉਹਨੂੰ ਜ਼ਮਜ਼ਮ ਦੇ ਨਾਲ ਧੋਤਾ ਧੋ ਕੇ ਫਿਰ ਦੁਬਾਰਾ ਜਿਹੜੀ ਉਹਨਾਂ ਦੇ ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਦੀ ਦਿਲ ਦੀ ਜਗ੍ਹਾ ਸੀ ਉੱਥੇ ਉਹਨੂੰ ਫਿੱਟ ਕਰਕੇ ਯਾਨੀ ਆਮ ਉਹਨਾਂ ਦਾ ਹਾਰਟ ਯਾਨੀ ਓਪਰੇਸ਼ਨ ਕੀਤਾ ਅਤੇ ਉਹ ਫਿਰ ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਉਸੇ ਤਰ੍ਹਾਂ ਜਿਵੇਂ ਬੱਚੇ ਖੇਡਦੇ ਸਨ ਇਵੇਂ ਬੱਚਿਆਂ ਨੂੰ ਖੇਡਣ ਲੱਗ ਪਏ ਅਤੇ ਬਾਕੀ ਦੇ ਬੱਚਿਆਂ ਨੇ ਜਦੋਂ ਇਹ ਮੰਜ਼ਰ ਵੇਖਿਆ ਅਤੇ ਜਾ ਕੇ ਸੈਯਦਾ ਹਲੀਮਾ ਨੂੰ ਦੱਸਿਆ ਵੀ ਮੁਹੰਮਦ ਦੇ ਨਾਲ ਇਹ ਮਾਮਲਾ ਹੋ ਰਿਹਾ ਅਤੇ ਚੂੰਕਿ ਉਹ ਜਬਰੀਲ ਸਨ ਉਹ ਇੰਤਹਾਈ ਜਲਦੀ ਦੇ ਨਾਲ ਇਹ ਮਾਮਲਾ ਹੋਇਆ ਅਤੇ ਦੇਖਿਆ ਹਜ਼ਰਤ ਹਲੀਮਾ ਵੀ ਆਈਆਂ ਵੀ ਦੇਖਣਾ ਬੱਚੇ ਨੂੰ ਕੀ ਮਾਮਲਾ ਬਣ ਗਿਆ ਅਤੇ ਜਦੋਂ ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਤਸ਼ਰੀਫ ਲਿਆ ਰਹੇ ਸਨ ਉਹਨਾਂ ਦਾ ਜਿਹੜਾ ਰੰਗ ਮੁਬਾਰਕ ਹੈ ਨਾ ਉਹ ਥੋੜ੍ਹਾ ਜਿਹਾ ਬਦਲਿਆ ਸੀ ਇਹਨੇ ਜਿਵੇਂ ਬੱਚਾ ਥੋੜ੍ਹਾ ਜਿਹਾ ਡਰ ਖੌਫ ਆ ਜਾਂਦਾ ਉਸ ਦੀ ਬਰਾਤ ਦੇ ਉੱਤੇ ਔਰ ਇਹ ਜਿੱਥੇ ਵਾਕਿਆ ਪੇਸ਼ ਆਇਆ ਅਸੀਂ ਉਹ ਵੀ ਤੁਹਾਨੂੰ ਇਨਸ਼ਾਅੱਲਾ ਜਗ੍ਹਾ ਦਿਖਾਵਾਂਗੇ ਜਿੱਥੇ ਜਬਰੀਲ ਤਸ਼ਰੀਫ ਲਿਆਏ ਔਰ ਉੱਥੇ ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਦਾ ਸੀਨਾ ਮੁਬਾਰਕ ਉਹਨਾਂ ਚਾਕ ਕੀਤਾ ਭਾਈ ਬੈਦੁੱਲਾ ਇਹ ਤਾਇਫ ਤੋਂ ਕਿੰਨਾ ਪੈਂਦਾ ਬਨੂ ਸਾਦ ਜਿੱਥੇ ਆਪਾਂ ਜਾਣਾ ਤਕਰੀਬਨ 70 ਕਿਲੋਮੀਟਰ ਪਰ ਮੱਕੇ ਤੋਂ ਤਕਰੀਬਨ 100 ਤੇ ਕਿੰਨਾ ਫੇ ਕਿੰਨਾ ਸੀ 58 ਅੱਜ ਦੇ ਨਾਮ ਖੇਡਦੇ ਆ 118 118 ਹਾਂ ਹਾਂ ਅੱਛਾ
سامنے تھلے تھلے جی جی تھلے بھی وہ کھوہ ہاں جی جنوں پنجابی چ اپاں کھو کہندے ہاں جی کھو گڑ دے سارا دا سارا ایریا اوہی ہاں جی من بھی میدانی ہے نا ایتھے ہی آندے ہون گے کڈیا ڈنگر چارے سارا جویں بکریاں اصل چ لوگ پھر نا اونوں دوسرے پاسے لے جاندے نا مطلب پتھر چک لیا کو مٹی چک لی ہاں جی جی لوگ مسالے بچھائے وہ لوگ پھر نا انہوں دوسرے پاس لا جاتے ہیں انہوں تبرک کے طور پہ یا ہے تو دیکھو جی یہ تو قسمت والے نے پتھر لیکن بہرحال انہوں ایک دوسرے پاس لے جانا وہ مسئلہ بنتا ہوں دیکھو نا سارے لوگ سوچتے کٹ نے میں دیکھا خانہ کعبہ کا غلاف ہے نا وہ دھاگے کٹدیا ہوا ویکیا خواتین خاص طور پہ اتنے کپڑا کتا کٹنا میں بھی یہ کہ تمہارے پاس یار یہ تو وعدے چوری ہے بالکل سامنے جی یہ قبرستان ہے ادھر ایرا اسی دور کا یہ قبرستان اچھا انہیں اتھی جی اتنے قبر بھی اتھی ہے انہوں نے جی ماں حلیمہ صاحب جی انہوں کی انہوں بارے بھی اسی قبرستان حضرت حلیمہ سادی قبر مبارک تھی جگہ پاک جگہ تے پہنچے بہت شکریہ خوش قسمی سے محبت کی وجہ سے پہنچے نہیں تو اِسی عمرہ کر کے واپس تو جانا کہ انہوں نے سٹارٹنگ دے بھی دسیا جی کہ اتنے عرباں کا رواج سی بھی جدو بچہ چھوٹا ہوتا نا کیونکہ مکہ شہر ادو بھی شہر سے بہت پرانا شہر ہے 1400 سال پہلے تو بھی جی حضرت آدم علیہ السلام نے حضرت آدم علیہ السلام تو انہوں کا شہر دوبارہ آباد کیا اتنے رہتے سن پھر انہوں نے جڑے بچے اربا کے ہوں سے انہوں نے اپنے پچھلے جڑے پنڈ نے پچھوکل پنڈ نے اتنے ہی کھلوتے سے وہ تربیت واسطے اپنی ماں بولی واسطے بھی وہ زبان اپنی سیکھ سکن اپنا کلچر سیکھ سکن کہ کس طرح ساڈے ابا اجداد وڈے رہتے ہیں سینا بسینا آ رہی نے تو یہ اتنے قبیلہ بیٹھا ہے بنو ساد وہ بھی اس چیز کا ہی دعویٰ کرتے ہیں کہ اسی نبی علیہ الصلوۃ والسلام کے جڑا نانکے ہاں اور انہوں کا نسب نامے چونکہ عرب اس چیز کا بڑا اہتمام کرتے ہیں تو وہی وہ قبرستان دستے ہیں یہ مکانات دستے ہیں سامنے قبر اتھے اما حلیمہ سادیا کی قبر مبارک بھی اسی قبرستان پرانا ہسٹوری قبرستان ہے مطلب 1400 سال پہلوں تو نشانات بھی گھر کے نشانات موجود نے جی اسی تاریخ اعتبار لوگوں کے کہنے کے مطابق یہ اس وقت ہی آ رہا اچھا پتھروں چ پانی کھڑنے کے میں
ਪਾਣੀ ਹੁੰਦੀ ਮੌਜੂਦ ਹੈ ਸਫਾਈ